ਕਲ ਕਰੰਤਾ ਆਵੈ ਕਰਵ ਕਰਤਾ ਸੋਇ ਤਾਲ, ਪਾਛਾ ਕੁਛ ਨਾ ਹੋਏਗਾ ਜਾਂ ਸਿਰ ਭਰਿਆ ਵੈ ਕਾਲ। ਰਾਵਣ ਨੇ ਜਿਹੜਾ ਹੈ ਇਹੀ ਸਿੱਖਿਆ ਦਿੱਤੀ। ਰਾਮ ਚੰਦਰ ਜੀ ਜਿਹੜੇ ਅਵਤਾਰੀ ਪੁਰਸ਼ ਹੁੰਦੇ ਨੇ ਉਹ ਰਾਗ ਦੁਆਇਸ਼ ਤੋਂ ਉੱਪਰ ਹੁੰਦੇ, ਉਹਨਾਂ ਦਾ ਕੋਈ ਦੁਸ਼ਮਣ ਨਹੀਂ ਹੁੰਦਾ। ਜਿਵੇਂ ਬੱਚੇ ਨੂੰ ਮਾਤਾ ਪਿਤਾ ਜਿਹੜੇ ਹਨ ਜੀ ਗਲਤ ਚੱਲੇ ਤਾਂ ਫਿਰ ਉਹਦੇ ਭਾਈ ਉਹਨੂੰ ਸਜ਼ਾ ਵੀ ਦੇ ਦਿੰਦੇ ਨੇ, ਚਟਾਕੇ ਵੀ ਲਗਾ ਦਿੰਦੇ ਨੇ, ਪਰੰਤੂ ਉਹਨਾਂ ਦਾ ਕੋਈ ਬੈਰ ਨਹੀਂ ਹੁੰਦਾ। ਇਸੇ ਤਰ੍ਹਾਂ ਜਿਹੜੇ ਗੁਰੂ ਅਵਤਾਰਾਂ ਦਾ ਕੋਈ ਬੈਰ ਨਹੀਂ ਹੁੰਦਾ। ਸੋ ਇਸ ਕਰਕੇ ਰਾਵਣ ਨੂੰ ਜੇ ਹੁਣ ਬੱਚਾ ਨਾ ਸਮਝੇ, ਸੋ ਹੈ ਤਾਂ ਪਰਮਾਤਮਾ ਦੇ ਸਾਰੇ ਬੱਚੇ ਅਵਤਾਰੀ ਪੁਰਸ਼ ਇਸ ਤਰ੍ਹਾਂ ਹੀ ਹੁੰਦੇ ਨੇ। ਉਹਨਾਂ ਦਾ ਦੁਨੀਆ ਵੈਰ ਕਰਦੀ ਹੈ, ਰਾਵਣ ਨੂੰ ਬਥੇਰਾ ਸਮਝਾਇਆ ਤੂੰ ਛੱਡ ਦੇ ਹੈ, ਸੀਤਾ ਜੀ ਨੂੰ ਤਿਆਗ ਕਰ ਦੇ, ਸਦਾ ਪਰਾਈ ਇਸਤਰੀ ਹੈ, ਤੇਰੇ ਵਾਸਤੇ ਸੋਭਦਾ ਨਹੀਂ ਹੈ। ਪਰੰਤੂ ਮੰਨਿਆ ਹੀ ਨਹੀਂ ਹੰਕਾਰ ਦੇ, ਇੱਕ ਨਹੀਂ ਗੱਲ ਮੰਨੀ, ਫਿਰ ਆਪਣਾ ਉਹ ਮਾਰਿਆ ਗਿਆ। ਅਖੀਰ ਦੇ ਸਮੇਂ ਦੇ ਵਿੱਚ ਉਸਨੂੰ ਕਿਹਾ, ਹੇ ਲਛਮਣ, ਇਹ ਬੜਾ ਵਿਦਵਾਨ ਸੀ, ਚਾਰ ਵੇਦਾਂ ਦਾ ਵਕਤਾ, ਚਾਰੇ ਵੇਦ, ਸਾਮ ਵੇਦ, ਯੁਜਰ ਵੇਦ, ਰਿਗ ਵੇਦ, ਅਥਰਵਣ ਵੇਦ, ਇਹ ਤਾਂ ਕੰਠ ਸੀ, ਬਹੁਤ ਵਿਦਵਾਨ ਸੀ, ਬੜਾ ਤਪੱਸਵੀ ਸੀ, ਅਤੇ ਇੰਨਾ 10 ਸਿਰ ਦੇ ਦੇਣੇ ਵਾਰ ਵਾਰ, ਕੋਈ ਮਾੜੀ ਮੋਟੀ ਗੱਲ ਤਾਂ ਨਹੀਂ ਹੈ। ਆਪਣੇ ਪੂਜਾ ਨੂੰ ਸ਼ਿਵਜੀ ਭਗਵਾਨ ਨੂੰ ਵਾਰ ਵਾਰ ਸਿਰ 10 ਵਾਰੀ ਦਹਿ ਸਿਰ ਇਸ ਕਰਕੇ ਅਖਵਾਇਆ, ਸਿਰ ਆਉਂਦੇ ਗਏ, ਸਿਰ ਕੱਟ ਕੱਟ ਕੇ ਪੇਟ ਕਰਦਾ ਰਿਹਾ। ਅਤੇ ਕੋਈ ਹੱਠ ਯੋਗ, ਹੱਠ ਤੋਂ ਬਿਨਾਂ ਤਪੱਸਿਆ ਵੀ ਨਹੀਂ ਹੁੰਦੀ। ਸੋ ਉਹ ਤਪੱਸਿਆ ਇਸ ਕਰਕੇ ਇਹਨੇ ਇਹ ਸਾਰੇ ਕੁਛ ਸਿੱਖਿਆ ਸੀ, ਸਾਰੀਆਂ ਵਿੱਦਿਆ ਦਾ ਜਾਣੂ ਸੀ, ਬੜਾ ਗਿਆਨੀ ਸੀ, ਵਿਦਵਾਨ ਸੀ, ਪਰੰਤੂ ਇੱਕ ਗੱਲ ਨੇ ਮਾਰ ਲਿਆ, ਗਲਤੀ ਹੋ ਗਈ। ਪਰਾਈ ਇਸਤਰੀ ਸੀਤਾ ਤੇ ਬੁਰੀ ਉਸਨੂੰ ਆਪਣੀ ਇਸਤਰੀ ਬਣਾਉਣਾ ਚਾਹੁੰਦਾ ਹੈ, ਜਦੋਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ ਧਰਮ ਸਪਤਨੀ ਹੈ ਉਹ। ਸੋ ਇਸ ਕਰਕੇ ਸਮਝਾਇਆ ਤਾਂ ਬੜਾ, ਪਰੰਤੂ ਇਹ ਸਮਝਿਆ ਨਾ, ਫਿਰ ਦੇ ਸਮਝ ਉਹਦੀ ਮੌਤ ਆਈ, ਮਰਨ ਲੱਗਿਆ ਫਿਰ ਕਿਨਾਰੇ 'ਤੇ। ਫਿਰ ਰਾਮ ਚੰਦਰ ਜੀ ਮਹਾਰਾਜ ਕਹਿੰਦੇ ਨੇ, ਲਛਮਣ ਜਾਓ, ਇਹ ਬੜਾ ਵਿਦਵਾਨ ਸੀ, ਇਹ ਬੜਾ ਤਪੀਸ਼ਰ ਸੀ, ਬੜਾ ਇਹ ਆਪਣਾ ਚਾਰ ਵੇਦੇ 'ਤੇ ਕੰਠ ਸੀ, ਇਸ ਕਰਕੇ ਇਹ ਤੋਂ ਕੋਈ ਸਿੱਖ ਲਓ, ਚੰਗੀ ਗੱਲ ਜੇ ਤੋਂ ਕੋਈ ਮਿਲਦੀ ਹੈ ਸਿੱਖਿਆ ਲਓ ਜਾ ਕੇ। ਮੈਂ ਤਾਂ ਸਿੱਖਾਂ ਮਹਾਰਾਜ, ਤੁਹਾਡੇ ਤੋਂ ਬਿਨਾਂ ਮੈਨੂੰ ਕੀ ਲੋੜ ਪਈ ਹੈ, ਮੈਂ ਨਹੀਂ, ਇਹ ਤਾਂ ਕਿਹਾ ਸਿੱਖਾਂ ਦਾ ਦੁਸ਼ਮਣ ਆਪਣਾ ਨਹੀਂ। ਕਹਿੰਦੇ ਭਾਈ, ਜੇ ਸੋਨਾ ਚਿੱਕੜ ਵਿੱਚ ਡਿੱਗ ਪਵੇ ਨਾ, ਉਹ ਉੱਥੋਂ ਵੀ ਚੱਕ ਲਈਦਾ ਹੁੰਦਾ ਹੈ। ਸੋ ਇਸ ਕਰਕੇ ਜਾਓ ਤੁਸੀਂ। ਸਮਝਾਇਆ ਪ੍ਰਭੂ ਨੇ, ਲਛਮਣ ਜੀ ਗਏ ਜਾ ਕੇ, ਫਿਰ ਕਹਿੰਦੇ ਨੇ, ਹਾਂ ਬਈ ਰਾਵਣ, ਦੱਸ ਕੋਈ ਚੰਗੀ ਗੱਲ, ਸਮਝਾ ਕੋਈ ਗੱਲਬਾਤ, ਕਿਆ ਸਿੱਖਿਆ ਤੂੰ? ਉਹ ਬੋਲਿਆ ਹੀ ਨਹੀਂ, ਚੁੱਪ ਹੀ ਕਰ ਰਿਹਾ। ਕਹਿੰਦੇ ਜੀ, ਉਹ ਤਾਂ ਬੋਲਦਾ ਹੀ ਨਹੀਂ। ਵਾਪਸ ਆ ਗਏ, ਕਹਿੰਦੇ ਲਛਮਣ, ਤੁਸੀਂ ਕੀ ਕਿਹਾ ਸੀ, ਕਿਵੇਂ ਕਿਹਾ ਸੀ? ਕਹਿੰਦੇ ਵੀ ਮੈਂ ਕਿਹਾ ਸੀ ਜਾ ਕੇ ਵੀ ਕੋਈ ਗਿਆਨ ਦੇ, ਕੋਈ ਚੰਗੀ ਗੱਲ ਦੇ, ਸਮਝਾ ਕੁਛ। ਕਹਿੰਦੇ ਉਹ ਤਾਂ ਬੋਲਿਆ ਹੀ ਨਹੀਂ। ਕਹਿੰਦੇ ਕਿੱਥੇ ਖੜ੍ਹੇ ਸੀ? ਕਹਿੰਦੇ ਮੈਂ ਜੀ ਖੜ੍ਹਿਆ ਤਾਂ ਮੈਂ ਉਹਦੇ ਸਿਰ ਵੱਲੇ ਖੜ੍ਹਿਆ ਸੀਗਾ। ਸਿਰ ਵੱਲੇ ਖੜ੍ਹੇ, ਜੇ ਗਿਆਨ ਲੈਣਾ ਹੁੰਦਾ ਸਿਰ ਵੱਲੇ ਖੜੀਦਾ ਹੁੰਦਾ, ਜੇ ਗਿਆਨ ਲੈਣਾ ਹੁੰਦਾ ਫਿਰ ਪੈਰਾਂ ਵੱਲ ਖੜੀਦਾ ਹੁੰਦਾ, ਫਿਰ ਨਿਮਰਤਾ ਦੇ ਨਾਲ ਗਿਆਨ ਮਿਲਦਾ ਹੁੰਦਾ ਹੈ। ਜੇ ਕੋਈ ਗੁਣ ਸਿੱਖਣਾ, ਗੁਣ ਲੈਣਾ ਹੈ ਤਾਂ ਨਿਮਰਤਾ ਦੇ ਨਾਲ ਮਿਲੇਗਾ। ਇਸ ਕਰਕੇ ਪੈਰਾਂ ਵੱਲ ਜਾਓ, ਖੜ੍ਹ ਕੇ ਖਲੋ ਕੇ ਬੇਨਤੀ ਕਰੋ। ਫਿਰ ਲਛਮਣ ਗਿਆ, ਪੈਰਾਂ ਵੱਲ ਖਲੋ ਕੇ ਹੱਥ ਜੋੜ ਕੇ ਕਹਿੰਦੇ ਨੇ, ਹੇ ਰਾਵਣ, ਤੁਸੀਂ ਬਹੁਤ ਵਿਦਵਾਨ ਹੋ, ਮਹਾਨ ਤਪੀਸ਼ਰ ਹੋ, ਅਤੇ ਕੋਈ ਅੱਛੀ ਗੱਲ ਕੋਈ ਸਾਨੂੰ ਦੱਸ ਜੋ, ਕੋਈ ਤੁਹਾਡੇ ਤਜਰਬੇ ਨੇ ਕਰਨਾ। ਫਿਰ ਉਸਨੇ ਕਿਹਾ, ਹੇ ਲਛਮਣ, ਆਜ ਕਾ ਕਾਮ ਕਲ ਪਰ ਮਤ ਛੋੜ। ਇਹੀ ਹੈ ਜੀਵਨ ਦੀ, ਜ਼ਿੰਦਗੀ ਦੀ ਇੱਕ ਸੱਚਾਈ ਹੈ, ਕੁੰਜੀ ਹੈ, ਜੋ ਕੰਮ ਕਰਨਾ ਉਹਨੂੰ ਕਰ ਲਓ। ਆਜ ਕਾ ਕਾਮ ਕਲ ਪਰ ਮਤ ਛੋੜੋ। ਮੈਂ ਇਸ ਤਰ੍ਹਾਂ ਦਾ ਕੋਈ ਬਣਾ ਦਿੱਤਾ ਸੀ ਵੀ ਸਿੱਧਾ ਸਵਰਗਾਂ ਨੂੰ ਜਾਵੇ, ਬਾਣੀ ਪੜੇਗਾ, ਸਿੱਧਾ ਸੱਚਖੰਡ ਨੂੰ ਨਹੀਂ ਜਾਂਦਾ ਭਾਈ, ਬਾਣੀ ਨਾਲ ਜੁੜ ਜਾਵੇਗਾ। ਸੋ ਇਹਨੇ ਵੀ ਕੋਈ ਯੰਤਰਾਂ ਮੰਤਰਾਂ ਦੇ ਨਾਲ ਕੋਈ ਇਸ ਤਰ੍ਹਾਂ ਦਾ ਕੋਈ ਇਸਨੇ ਕੋਈ ਰਚਿਆ ਹੋਊਗਾ ਜਾਂ ਕੁਛ ਕੀਤਾ ਹੋਊਗਾ, ਸਵਰਗਾਂ ਨੂੰ ਪੌੜੀਆਂ ਲਾ ਦੇਣੀਆਂ ਸੀ, ਪਰੰਤੂ ਵੀ ਚਲੋ ਕੱਲ੍ਹ ਕਰਦੇ ਹਾਂ, ਕੱਲ੍ਹ ਕਰਦੇ ਹਾਂ, ਕੱਲ੍ਹ ਆਇਆ ਨਹੀਂ, ਅੰਤ ਸਮਾਂ ਆ ਗਿਆ, ਮੈਂ ਉਹ ਕਰ ਨਹੀਂ ਸਕਿਆ ਜੀਵਨ ਦੇ ਵਿੱਚ। ਸੋ ਇਸ ਕਰਕੇ ਜੋ ਕਰਨਾ ਉਹਨੂੰ ਕਰ ਲਓ, ਅੱਜ ਕਾ ਕਾਮ ਕੱਲ੍ਹ ਪਰ ਮਤ ਛੋੜੋ, ਉਸਨੂੰ ਕਰ ਲਓ। ਜੇ ਕਿਹਾ ਚਲੋ ਕੱਲ੍ਹ ਤੋਂ ਕਰਾਂਗੇ, ਫਿਰ ਇਸ ਤਰ੍ਹਾਂ ਜ਼ਿੰਦਗੀ ਨਿਕਲ ਜਾਂਦੀ ਹੈ। ਕਹਿੰਦੇ ਹੋਰ ਦੱਸੋ। ਕਹਿੰਦੇ ਹੋਰ ਤਾਂ ਇਹੀ ਹੈ, ਦੇਖੋ ਤੂੰ ਭਾਗਾਂ ਵਾਲਾ ਹੈ ਲਛਮਣ, ਤੁਸੀਂ ਗੁਰਮੁਖ ਹੋ, ਤੁਹਾਡੇ ਭਰਾਵਾਂ ਦੇ ਵਿੱਚ ਪਿਆਰ ਹੈ, ਅਤੇ ਸਾਡੇ ਭਰਾਵਾਂ ਦੇ ਵਿੱਚੋਂ ਪਿਆਰ ਨਾ ਰਿਹਾ, ਫੁੱਟ ਪੈ ਗਈ ਘਰ ਕਾ ਪੇਤੀ ਲੰਕਾ ਟਾਏ। ਮੈਂ ਮਰਦਾ ਨਹੀਂ ਸੀ, ਐਂ ਮੈਨੂੰ ਤੁਸੀਂ ਮਾਰ ਨਹੀਂ ਸੀ ਸਕਦੇ, ਸਾਡੀ ਕਦੇ ਹਾਰ ਨਹੀਂ ਸੀ ਹੋ ਸਕਦੀ, ਪਰੰਤੂ ਮੇਰਾ ਭਰਾ ਹੀ ਜਿਹੜਾ ਹੈ ਮੇਰਾ ਦੁਸ਼ਮਣ ਬਣ ਗਿਆ, ਮੇਰਾ ਭਰਾ ਹੀ ਉਸਨੇ ਸਾਰਾ ਭੇਤ ਦੇ ਦਿੱਤਾ। ਬਿਸ ਦੀ ਨਾਭੀ ਦੇ ਵਿੱਚ ਹੀ ਜਿਹੜਾ ਹੈ ਅੰਮ੍ਰਿਤ ਹੈ, ਉੱਥੇ ਤੀਰ ਮਾਰੋ,
ਅਤੇ ਸ਼ਕਤੀਆਂ ਜਿੰਨੀਆਂ ਵੀ ਅਰਜਿਤ ਕੀਤੀਆਂ ਹੋਈਆਂ ਸੀਗੀਆਂ ਜੇ ਭਵਿਸ਼ਣ ਸਾਰੇ ਭੇਤ ਨਾ ਦਿੰਦਾ ਤਾਂ ਫਿਰ ਕਦਾਚਿਤ ਵੀ ਤੁਸੀਂ ਇਸ ਲੰਕਾਗੜ੍ਹ ਨੂੰ ਜਿੱਤ ਨਹੀਂ ਸੀ ਸਕਦੇ। ਸੋ ਇਸ ਕਰਕੇ ਤੁਹਾਡਾ ਭਰਾਵਾਂ ਦੇ ਵਿੱਚ ਪਿਆਰ ਹੈ, ਤੁਸੀਂ ਇਸ ਕਰਕੇ ਜਿਹੜੇ ਹਨ ਤੁਹਾਡੀ ਜਿੱਤ ਹੋ ਗਈ। ਸੋ ਏਕਤਾ ਦੇ ਵਿੱਚ ਵੀ ਬਰਕਤ ਹੈ। ਸੋ ਤੁਸੀਂ ਆਪਣੇ ਉਹਨਾਂ ਦੇ ਨਾਲ ਹੋ, ਭਰਾ ਭਰਾ ਨਾਲ ਹੋ, ਅਤੇ ਮੇਰਾ ਭਰਾ ਜਿਹੜਾ ਉਸਨੇ ਸਾਰਾ ਭੇਤ ਵੀ ਦੇ ਦਿੱਤਾ, ਇਸ ਕਰਕੇ ਲੰਕਾ ਜਿਹੜੀ ਹੈ ਉਹ ਫਿਰ ਕਿੱਡਾ 1,00,000 ਪੂਤ 1,25,00,000 ਨਾਤੀ ਬਾਣੀ 'ਚ ਲਿਖਿਆ ਅਤੇ ਰਾਵਣ ਕਰਦੀ ਆ ਨਾ ਬਾਤੀ। ਸੋ ਇਸ ਕਰਕੇ ਇਹ ਏਕਤਾ ਹੈ। ਅੱਜ ਕਾ ਕਾਮ ਕਲਪਰ ਮਤ ਛੋੜੋ।